जलंधर। बीते दिन इस स्वर्ण पार्क में रातों रात ये खाली प्लाट में टावर लगा दिया गया था। उसको लेकर मोहल्लावासी ने रोष करते हुए कॉरपोरेशन के मेयर को विनती पत्र दिया और इस मामले में मेयर ने कहा कि वह टावर गैर कानूनी तरीके से लगाया गया है। ਟਾਵਰ ਨੂੰ ਲੈ ਕੇ ਜੀ ਤੁਸੀਂ ਮੇਅਰ ਸਾਹਿਬ ਨੂੰ ਮਿਲਿਆ, ਕੀ ਉਹਨਾਂ ਨੇ ਅਫਸਰ ਦਵਾਇਆ ਤੁਹਾਨੂੰ? ਮੇਅਰ ਸਾਹਿਬ ਨੇ ਸਾਨੂੰ ਬੜਾ ਜ਼ੋਰ ਨਾਲ ਕਿਹਾ ਵੀ ਟਾਵਰ ਨਜਾਇਜ਼ ਹੈਗਾ ਪਿਆ। ਉਹਨਾਂ ਦੀ ਨੌਲੇਜ ਚ ਵੀ ਨਹੀਂ ਸੀ ਵੀ ਕਾਰਪੋਰੇਸ਼ਨ ਨੇ ਐਸਸੀ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਹੈ। ਉਹਨਾਂ ਨੇ ਐਸਸੀ ਨੂੰ ਸਖਤੀ ਨਾਲ ਹਦਾਇਤ ਕੀਤੀ ਵੀ ਉਹਦੀ ਪਰਮਿਸ਼ਨ ਕੈਂਸਲ ਕੀਤੀ ਜਾਵੇ। ਕਿਸੇ ਵੀ ਰੈਜੀਡੈਂਸ਼ੀਅਲ ਚ ਕਲੋਨੀ ਚ ਜਾਂ ਕਿਸੇ ਪਾਰਕ ਚ ਸਰਕਾਰੀ ਪਾਰਕ ਚ ਟਾਵਰ ਨਹੀਂ ਲੱਗਣਾ ਚਾਹੀਦਾ। ਇਸ ਕਰਕੇ ਸਾਡੇ ਸਵਰਨ ਪਾਰਕ ਦੇ ਸਾਰੇ ਪ੍ਰੈਜ਼ੀਡੈਂਟ ਸਾਹਿਬ ਵੀ ਖੜੇ ਆ, ਪਾਰਸ਼ਦ ਸੁਸ਼ੀਲ ਸ਼ਰਮਾ ਜੀ ਵੀ ਖੜੇ ਆ। ਇਹਨਾਂ ਸਾਰਿਆਂ ਨੂੰ ਆਸ਼ਵਾਸਨ ਦਿੱਤਾ ਮੇਅਰ ਸਾਹਿਬ ਨੇ, ਜੇ ਤੁਹਾਨੂੰ ਧੱਕਾ ਵੀ ਕਰਨਾ ਪੈਂਦਾ ਤੇ ਅਸੀਂ ਧੱਕਾ ਵੀ ਕਰਾਂਗੇ, ਅਸੀਂ ਉੱਥੇ ਟਾਵਰ ਨਹੀਂ ਕੱਟਣ ਦੇਵਾਂਗੇ। ਸਾਨੂੰ ਕੋਈ ਧਮਕੀ ਨਹੀਂ ਦਿੱਤੀ ਉਹਨਾਂ ਦੇ, ਆਪਣੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨਾਲ ਜਿਨ੍ਹਾਂ ਨਾਲ ਕੋਈ ਸੈਟਿੰਗ ਹੋਊਗੀ ਉਹਨਾਂ ਨੂੰ ਕੁਛ ਕਿਹਾ, ਉਹ ਅਸੀਂ ਉਹਨਾਂ ਦਾ ਟਾਵਰ ਨਹੀਂ ਕੱਟਣ ਦੇਣਾ। ਹਾਂਜੀ ਸਰ, ਟਾਵਰ ਨੂੰ ਲੈ ਕੇ ਸੀ ਮੇਅਰ ਸਾਹਿਬ ਨੂੰ ਮਿਲੀ, ਕੀ ਮੇਅਰ ਸਾਹਿਬ ਨੇ ਕਿਹਾ? ਮੇਅਰ ਸਾਹਿਬ ਨੂੰ ਅਸੀਂ ਮਿਲੇ ਹਾਂ ਜੀ, ਮੇਅਰ ਸਾਹਿਬ ਬਾਬਾ ਹੈਨਰੀ ਜੀ ਨੇ ਵੀ ਕਿਹਾ ਵੀ ਸਾਡੇ ਕਲੋਨੀ ਦੀ ਟਾਵਰ ਨਹੀਂ ਲੱਗਣਾ ਚਾਹੀਦਾ। ਅਸੀਂ ਸਾਡੇ ਰੈਜੀਡੈਂਸ਼ੀਅਲ ਕਲੋਨੀ ਹੈ ਔਰ ਮੇਅਰ ਸਾਹਿਬ ਨੇ ਅਸੀਂ ਆਸ਼ਵਾਸਨ ਦਿੱਤਾ ਵੀ ਅਸੀਂ ਜੇ ਉੱਥੇ ਕੋਈ ਧੱਕਾ ਕਰਦਾ ਵੀ ਹੈ ਤਾਂ ਮੈਨੂੰ ਸਗੋਂ ਮੈਂ ਤੁਹਾਡੇ ਨਾਲ ਉੱਥੇ ਖੜਾ ਹੋਵਾਂਗਾ ਅਤੇ ਉਹ ਜੋ ਅਸੀਂ ਇੰਪਲਾਈ ਇੱਥੇ ਆਪਣੇ ਕੋਲ ਭੇਜਣਗੇ ਜਾ ਕੇ ਉਹਨੂੰ ਰੋਕਣਗੇ। ਉਹਨਾਂ ਨੇ ਸਾਨੂੰ ਅਲਟੀਮੇਟਮ ਦਿੱਤਾ ਸੀਗਾ ਵੀ 1 ਵਜੇ ਤੱਕ ਜੇ ਕੋਈ ਨਾ ਆਇਆ ਤਾਂ ਅਸੀਂ ਉਹ ਚਾਲੂ ਕਰ ਦਿਆਂਗੇ ਕੰਮ। ਲੇਕਿਨ ਇੰਪਲਾਈ ਜਿਹੜੇ ਇੱਥੋਂ ਹੁਣ SDO ਜਾਂ ਐਕਸ਼ਨ ਸਾਹਿਬ ਕੋਲ ਉਹਨੂੰ ਕੋਈ ਡਿਪਿਊਟ ਕਰਨਗੇ ਅਤੇ ਉਹਨਾਂ ਨੂੰ ਜਾ ਕੇ ਉਹਨੂੰ ਕੰਮ ਨੂੰ ਰੋਕਣਗੇ ਅਤੇ ਕੰਮ ਨਹੀਂ ਹੋਗਾ। ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਬਿਲਕੁਲ ਨਹੀਂ ਲੱਗੂਗਾ ਟਾਵਰ। ਹਾਲੇ ਮੌਕੇ 'ਤੇ ਕੋਈ ਇੰਪਲਾਈ ਪਹੁੰਚੇ ਟਾਵਰ ਨੂੰ ਰੁਕਾਉਣ ਲਈ ਕਿ ਨਹੀਂ ਹਾਲੇ ਤੱਕ? ਹੁਣੇ ਹਾਲੇ ਗੱਲ ਹੋਈ ਹੈ, ਰੀਸੈਂਟਲੀ 5-7 ਮਿੰਟ ਹੋਏ, ਉਹਨਾਂ ਨੇ ਕਿਹਾ ਵੀ ਅਸੀਂ ਭੇਜਦੇ ਹਾਂ, ਭੇਜਾਂਗੇ ਤਾਂ ਕੰਮ ਰੁਕਾ ਦੇਣਗੇ, ਕੰਮ ਨਹੀਂ ਹੋਣ।